ਅਸਲਾਮ ਅਲੈਕਮ ਸਿਆਸੀ ਦੇਰਾ ਤੇ ਖੁਸ਼ ਅਮਦੇਦ ਹਜ਼ੂਰ ਸਦੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਇਤ। ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਇੱਕ ਵਾਰੀ ਫੇਰ ਤੁਹਾਡੀ ਖidmat ਦੇ ਵਿੱਚ ਹਾਜ਼ਰ ਹੋ ਚੁੱਕਿਆ। ਯਕੀਨ ਕਰੋ ਕਿ ਤਰੀਕੇ ਇਨਸਾਫ ਜਿਹੜੀ ਹੈ ਉਹਨਾਂ ਨੂੰ ਆਪਣਾ ਨਵਾਂ ਅੱਬੂ ਜਿਹੜਾ ਉਹ ਅਨਕਰੀਬ ਮਿਲਣ ਵਾਲਾ। ਬਹੁਤ ਵੱਡੀ ਖਬਰ ਹੈ ਜਿਹੜੀ ਇਹ ਅਸੀਂ ਤੁਹਾਡੇ ਸਾਹਮਣੇ ਗੋਸ਼ਕੁਜ਼ਾਰ ਕਰਨੀ ਹੈ। ਬੜੀ ਦੇਰ ਤੋਂ ਮੇਰੇ ਖਿਆਲ ਨਾਲ ਪਿਛਲੇ 28 ਸਾਲ ਤੋਂ ਤਰੀਕੇ ਇਨਸਾਫ ਜਦੋਂ ਬਣਾਈ ਗਈ ਤੇ ਆਪਣੇ ਹਕੀਕੀ ਅੱਬੂ ਦੀ ਤਲਾਸ਼ ਸੀ ਤੇ ਹੁਣ ਜੋ ਸਾਡੇ ਕੋਲ ਇਤਲਾ ਆਈ ਹੈ ਕਿ ਤਰੀਕੇ ਇਨਸਾਫ ਨੂੰ ਬਿਲ ਆਖਰ ਇਹ ਨਵਾਂ ਅੱਬੂ ਜਿਹੜਾ ਨਾ ਉਹ ਮਿਲ ਗਿਆ ਉਹਦੀ ਤਲਾਸ਼ ਹੁਣ ਖਤਮ ਹੋ ਚੁੱਕੀ ਹੈ ਇਹ ਔਰ ਬੜੀਆਂ ਖਬਰਾਂ ਇਸ ਬਾਰੇ ਆ ਰਹੀਆਂ ਨੇ ਕਿ ਅੱਬੂ ਜੀ ਜਿਹੜੇ ਨੇ ਉਹ ਵੀ ਹੋ ਸਕਦਾ ਹੈ ਕੁਝ ਸੋਚ ਰਹਾ ਹੁਣ ਕਿ ਇਹ ਇਹਨਾਂ ਨੂੰ ਗਲੇ ਗਲੇ ਲਾਣਾ ਠੀਕ ਹੋ ਗਿਆ ਹੁਣ ਤੁਸੀਂ ਸੋਚਦੇ ਹੋਣਾ ਕਿ ਇਹ ਨਵਾਂ ਅੱਬੂ ਕੌਣ ਹੈ ਐ ਮੋਰੀ 42 ਤੇ ਜੇਲ੍ਹ ਚ ਤੇ ਨਵਾਂ ਅੱਬੂ ਜਿਹੜਾ ਕਿੱਥੋਂ ਆ ਗਿਆ ਆਖਰ ਤੁਸੀਂ ਕਿਹਾ ਸੀ ਤੇ ਕਰਨੀ ਹੈ ਨਾ ਅਗਲੇ 2-4 ਮਿੰਟ ਜਿੰਨੀ ਦੇਰ ਤੱਕ ਤੁਹਾਡੇ ਐ ਸਾਹਮਣੇ ਤੱਕ ਇਹ ਖਬਰ ਨਹੀਂ ਆਣੀ ਠੀਕ ਹੋ ਗਿਆ ਅੱਛਾ ਇਹਦੇ ਨਾਲ ਨਾਲ ਹੋਰ ਧਮਕੀਆਂ ਜਿਹੜੀਆਂ ਨੇ ਇਹ ਵੀ ਜਾਰੀ ਨੇ ਪਖਤੂਨ ਹਾ ਦੇ ਵਿੱਚ ਗਵਰਨਰ ਜਿਹੜਾ ਉਹ ਐ ਅਲੀ ਅਮੀਨ ਗੰਡਾਪੁਰ ਨੂੰ ਖਿੱਚੀ ਜਾ ਰਿਹਾ ਔਰ ਅਲੀ ਅਮੀਨ ਗੰਡਾਪੁਰ ਜਿਹੜਾ ਉਹ ਗਵਰਨਰ ਫੈਸਲ کریم ਕੁੰਡੀ ਨੂੰ ਖਿੱਚੀ ਜਾ ਰਿਹਾ ਹੈ ਇਹ ਦੋਵੇਂ ਇੱਕ ਦੂਜੇ ਨੂੰ ਖਿੱਚੀ ਜਾ ਰਹੇ ਨੇ ਹੈਣ ਵੀ ਦੋਵੇਂ ہمسਾਏ ਹੈਣ ਵੀ ਇੱਕੋ ਸ਼ਹਿਰ ਦੇ ਤੇ ਇੱਕੋ ਸੂਬੇ ਦੇ ਇਹ ਦੋਵੇਂ ਹੁਕਮਰਾਨ ਨੇ ਇਸ ਵਕਤ ਤੇ ਲੜਾਈ ਉੱਥੇ ਵੀ ਜਿਹੜੀ ਹੈ ਉਹ ਬਿਲਕੁਲ 20 20 ਓਵਰ ਦਾ ਮੈਚ ਜਿਹੜਾ ਉਹ ਵੀ ਸ਼ੁਰੂ ਹੋਣ ਵਾਲਾ ਠੀਕ ਹੋ ਗਿਆ ਔਰ ਇਹਦੇ ਨਾਲ ਹੋਰ ਵੀ ਬੜੀਆਂ ਖਬਰਾਂ ਨੇ ਜਿਹੜੀਆਂ ਅਸੀਂ ਤੁਹਾਡੇ ਕੋਸ਼ਤਕਾਰ ਕਰਨੀਆਂ ਨੇ ਅਲੀਮਾ ਜਿਹੜੀ ਹੈ ਉਹਨੂੰ ਬੜੇ ਚਾ ਚੜੇ ਨੇ ਜਦੋਂ ਦਾ ਪਤਾ ਲੱਗਾ ਨਾ ਅਲੀਮਾ ਨੂੰ ਕਿ ਤਰੀਕੇ ਇਨਸਾਫ ਨੂੰ ਨਵਾਂ ਅੱਬੂ ਲੱਭ ਗਿਆ ਅਲੀਮਾ ਜਿਹੜੀ ਹੈ ਉਹ ਵੀ ਹੁਣ ਉਹ ਖੜਕਣਾ ਮਰਵਾਉਂਦੀ ਏ ਪੀ ਜਿਵੇਂ ਉਹ ਪਿੰਨਾ ਥਾਵਾਂ ਤੇ ਘੋੜਿਆਂ ਨੂੰ ਘੋੜਿਆਂ ਦੀ ਸਫਾਈ ਸੁੱਤ్రਾਈ ਕਰਨ ਵਾਸਤੇ ਉਹ ਖੜਕਣਾ ਨਹੀਂ ਮਾਰੀਦਾ ਉਹਨਾਂ ਦੇ ਬਾਡੀ ਤੇ ਸਵੇਰੇ ਸਵੇਰੇ ਉੱਠ ਕੇ ਆ ਤੂੜ ਤਪਾ ਲੈ ਜਾਂਦਾ ਮੈਲ ਸ਼ੈ ਲੈ ਜਾਂਦੀ ਏ ਸਾਰੀ ਹੈ ਉਹ ਖੜਕਣਾ ਜਿਹੜਾ ਨਾ ਉਹ ਵੀ ਉਹਨੇ ਵੀ ਮਰਵਾਉਣਾ ਸ਼ੁਰੂ ਕਰ ਦਿੱਤਾ ਅਲੀਮਾ ਨੇ ਉਹ ਆਂਦੀ ਮੈਂ ਮਿਲਣਾ ਸਾਬ ਤੋਂ ਪਹਿਲੇ ਜਾ ਕੇ ਤਰੀਕੇ ਇਨਸਾਫ ਦੇ ਇਸ ਨਵੇਂ ਅੱਬੂ ਨੂੰ ਠੀਕ ਹੋ ਗਿਆ ਜੀ ਅੱਛਾ ਖਬਰਾਂ ਜਿਹੜੀਆਂ ਮੈਂ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਤਰੀਕੇ ਇਨਸਾਫ ਨੂੰ ਹਕੀਕੀ ਬਾਪ ਮਿਲ ਗਿਆ ਵੱਡੀ ਖਬਰ ਇਹ ਕੀ ਮਾਮਲਾ ਇਹ ਦੱਸਨੇ ਅਸਾ ਆਜ਼ਾਦ ਕਸ਼ਮੀਰ ਦੇ ਵਿੱਚ ਯੂਥੀਆਂ ਦੀ ਬਗਾਵਤ ਤੇ ਪੁਲਿਸ ਤੇ ਹਮਲੇ ਇਹ ਕੀ ਮਾਮਲਾ ਇਹ ਦੱਸਨੇ ਪਾਕਿਸਤਾਨ ਦਾ ਦੂਸਰਾ ਮਿਸ਼ਨ ਚਾਨਨ ਤੇ ਭੇਜਣ ਦਾ ਐਲਾਨ ਵੱਡੀ ਗੱਲ ਕੌਣ ਬਚਾਏਗਾ ਤਰੀਕੇ ਇਨਸਾਫ ਇਹ ਸਾਰੇ ਕੀ ਮਾਮਲਾਤ ਨੇ ਇਹ ਅਸੀਂ ਤੁਹਾਡੇ ਸਾਹਮਣੇ ਗੋਸ਼ਤ گزار ਕਰਨੇ ਨੇ ਚਲੋ ਵੱਡੀ ਖਬਰ ਇੱਥੋਂ ਹੀ ਸ਼ੁਰੂ ਕਰ ਲੈਨੇ ਆ ਕਿਉਂਕਿ ਤੁਸੀਂ ਇੰਤਜ਼ਾਰ ਫਰਮਾ ਰਹੇ ਹੋ ਕਿ ਤਰੀਕ ਇਨਸਾਫ ਨੂੰ ਹਕੀਕੀ ਅੱਬੂ ਜਿਹੜਾ ਇਹ ਕਿਹੜਾ ਮਿਲ ਗਿਆ ਤਰੀਕ ਇਨਸਾਫ ਨੂੰ ਹਕੀਕੀ ਬਾਪ ਮਿਲ ਗਿਆ ਇਹ ਤਰੀਕ ਇਨਸਾਫ ਜਿਹੜੀ ਹੈ ਇਹ ਸਦੀ ਦਾ ਸਭ ਤੋਂ ਵੱਡਾ ਯੂ ਟਰਨ ਇਨ ਲੇ ਲਿਆ ਔਰ ਹਕੀਕੀ ਅੱਬੂ ਦੀ ਤਲਾਸ਼ ਸੀ ਔਰ ਅੱਬੂ ਜਿਹੜਾ ਉਹ ਵੀ ਇਹਨਾਂ ਨੂੰ ਮਿਲਦਾ ਨਜ਼ਰ ਆ ਰਿਹਾ ਇਹ ਕੋਈ ਅਸਕਰੀ ਅੱਬੂ ਨਹੀਂ ਕਿਉਂਕਿ ਅਸਕਰੀ ਅੱਬੂ ਤੇ ਉਹਨਾਂ ਨੇ ਕਈ ਬਣਾਏ ਤੇ ਕਈ ਜ਼ਾਇਆ ਕੀਤੇ ਕਈਆਂ ਨੇ ਇਹਨਾਂ ਨੂੰ ਬਣਾਇਆ ਉਹ ਫਿਰ ਪਛਤਾਇਆ ਪਛਤਾਨ ਤੋਂ ਬਾਅਦ ਉਹ ਫਿਰ ਨਸ ਗਿਆ ਸੈਡ ਤੇ ਹੋ ਗਿਆ ਉਹਨੇ ਕਿਹਾ ਇਹ ਇਹ ਔਲਾਦ ਹੀ ਬੜੀ ਗੰਦੀ ਹੈ ਇਹ ਮੈਂ ਨਹੀਂ ਰੱਖ ਸਕਦਾ ਜਿਵੇਂ ਬਾਜਵੇ ਨੂੰ ਅੱਬੂ ਇਹਨਾਂ ਬਣਾਇਆ ਬਾਜਵੇ ਨੇ ਬਾਅਦ ਚ ਟੁੱਟਕਾਰ ਦਿੱਤਾ ਕਿ ਇਹ ਤੇ ਗੰਦੀ ਔਲਾਦ ਨਿਕਲਾਈ ਹੈ ਮੈਂ ਨਹੀਂ ਰੱਖਣਾ ਯਾਨੀ ਕਿ ਅਸਕਰੀ ਅੱਬੂ ਜਿਹੜਾ ਨਾ ਉਹ ਤੇ ਹੁਣ ਇਹਨਾਂ ਨੂੰ ਹੱਥ ਪੱਲਾ ਫੜਾਣ ਤੋਂ ਹੀ ਜਿਹੜਾ ਨਾ ਉਹ ਉਹਨੇ ਕਿਹਾ ਨਾ ਭਾਈ ਇਹ ਗੰਦੀ ਔਲਾਦ ਹੈ ਇਹ ਸਾਡੀ ਨਹੀਂ ਅਸੀਂ ਇਹਨੂੰ ਹੱਥ ਵੀ ਨਹੀਂ ਲਾਣਾ ਬਲਕੇ ਅਸਕਰੀ ਜਿਹੜੇ ਹਲਕੇ ਨੇ ਉਹਨਾਂ ਨੂੰ ਤੇ ਇਹ ਕਿਹਾ ਗਿਆ ਕਿ ਜਾ ਕੇ ਸਿਆਸਤਦਾਨਾਂ ਨਾਲ ਗੱਲ ਕਰੋ ਉੱਥੇ ਜਾ ਕੇ ਆਪਣਾ ਅੱਬੂ ਲੱਬੂ ਇੱਧਰ ਕੋਈ ਅੱਬੂ ਸ਼ੱਬੂ ਨਹੀਂ ਹੁਣ ਇਹ ਜਨਾਬ ਇਹ ਹੁੰਦਾ ਇੰਜ ਕਿ 28 ਸਾਲਾਂ ਜਦੋਂ ਜੈਤ ਤੋਂ ਬਾਅਦ ਅਸਲ ਅੱਬੂ ਮਿਲਨ ਦੀ ਇਹਨਾਂ ਨੂੰ ਉਮੀਦ ਲੱਗ ਗਈ ਔਰ ਇਹ ਜਿਹੜਾ ਅਸਲ ਅੱਬੂ ਹੈ ਹਕੀਕੀ ਅੱਬੂ ਹੈ ਇਹ ਕੋਈ ਔਰ ਨਹੀਂ ਜ਼ੁਥੀਆ ਜਰਾ ਹੁਣ ਅੱਗੇ ਗਿਆ ਜੇ ਇਹ ਕੋਈ ਹੋਰ ਨਹੀਂ ਇਹਦਾ ਨਾਮ ਹੈ ਮੀਆਂ ਨਵਾਜ਼ ਸ਼ਰੀਫ ਉਹ ਕਿਵੇਂ ਇਹ ਹੁਣ ਇਹਨਾਂ ਦੀ ਮੀਟਿੰਗ ਹੁੰਦੀ ਹੈ 3-4 ਦਿਨ ਪਹਿਲੇ ਡੀਜੀ ਸਾਹਿਬ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਔਰ ਉਸ ਮੀਟਿੰਗ ਦੇ ਵਿੱਚ 11-14 ਲੋਕ ਸ਼ਾਮਿਲ ਸੀ ਔਰ ਜਿਦੇ ਵਿੱਚ ਪਹਿਲੀ ਦਫਾ ਬੜੀ ਦੇਰ ਬਾਅਦ ਫਵਾਦ ਚੌਧਰੀ ਵੀ ਸ਼ਾਮਿਲ ਸੀ ਔਰ ਉੱਥੇ ਇਹ ਫੈਸਲਾ ਕੀਤਾ ਗਿਆ ਕਿ ਫੌਜ ਨੇ ਤੇ ਸਾਨੂੰ ਤੁਤਕਾਰ ਦਿੱਤਾ ਉਹਨਾਂ ਨੇ ਤੇ ਸਾਨੂੰ ਕਿਹਾ ਕਿ ਦਫਾ ਹੋ ਜਾ ਦੁਬਾਰਾ ਸਾਡਾ ਨਾਮ ਵੀ ਇਸਤੇਮਾਲ ਨਹੀਂ ਕਰਨਾ ਲੇਕਿਨ ਉਹਨਾਂ ਨੇ ਕਿਹਾ ਕਿ ਜਾ ਕੇ ਸਿਆਸਤਦਾਨਾਂ ਕੋਲ ਮਾਫੀ ਮੰਗੋ ਤੇ ਸਿਆਸਤਦਾਨਾਂ ਦੇ ਨਾਲ ਬੈ ਕੇ ਸਿਆਸਤ ਕਰੋ ਸਾਡਾ ਤੁਹਾਡੇ ਨਾਲ ਕੋਈ ਤਲਕ ਵਾਸਤਾ ਨਹੀਂ ਉੱਥੇ ਫਿਰ ਇਹ ਫੈਸਲਾ ਕੀਤਾ ਗਿਆ ਕਿ ਮੀਆਂ ਨਵਾਜ਼ ਸ਼ਰੀਫ ਹੀ ਇੱਕ ਬੰਦਾ ਜਿਹੜਾ ਸਾਨੂੰ ਮਾਫੀ ਵੀ ਲੈ ਕੇ ਦੇ ਸਕਦਾ ਸਾਨੂੰ ਮਾਫ ਕਰਵਾ ਵੀ ਸਕਦਾ ਔਰ ਸਾਡੀ ਸਿਆਸਤ ਵੀ ਬਚਾ ਸਕਦਾ ਔਰ ਸਾਡੇ ਨਾਲ ਪਿਆਰ ਵੀ ਕਰ ਸਕਦਾ ਔਰ ਨਰਮ ਦਿਲ ਇਨਸਾਨ ਹੈ ਤੇ ਕਿਉਂ ਨਾ ਉਹਦੇ ਪੈਰ ਫੜੇ ਜਾਣ ਕਿਉਂ ਨਾ ਉਹਨੂੰ ਅੱਬੂ ਆਪਣਾ ਬਣਾਇਆ ਜਾਏ ਔਰ ਇਹ ਸਿਆਸਤਦਾਨ ਹੈ ਸਭ ਤੋਂ ਸੀਨੀਅਰ ਸਿਆਸਤਦਾਨ ਹੈ ਔਰ ਸਾਨੂੰ ਯਕੀਨ ਹੈ ਕਿ ਇਹ ਸਾਡੀ ਗੱਲ ਸੁਨੇਗਾ ਵੀ ਔਰ ਸਾਡੀ ਦਾਦਰਾਸੀ ਵੀ ਕਰੇਗਾ ਉੱਥੇ ਫਿਰ ਫੈਸਲਾ ਕੀਤਾ ਗਿਆ ਕਿ ਫਵਾਦ ਚੌਧਰੀ ਜਿਹੜਾ ਉਹ ਇੱਕ ਬਿਆਨ ਦੇਗਾ ਮੀਡੀਆ ਦੇ ਉੱਤੇ ਇੱਕ ਗਰਾਉਂਡ ਜਿਹੜੀ ਉਹ ਸੈੱਟ ਕਰਨ ਵਾਸਤੇ ਔਰ ਫਵਾਦ ਚੌਧਰੀ ਨੇ ਕੱਲ ਇੱਕ ਗਰਾਉਂਡ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਮੀਆਂ ਨਿਵਾਸ਼ ਚੀਫ ਸਾਹਿਬ ਜਿਹੜੇ ਨੇ ਉਹੀ ਇਸ ਵਕਤ ਇੱਕ ਹਕੀਕੀ ਲੀਡਰ ਨੇ ਸਿਆਸੀ ਲੀਡਰ ਨੇ ਬਹੁਤ ਵੱਡੇ ਆਦਮੀ ਨੇ ਬੜੇ ਨਰਮ ਦਿਲ ਨੇ ਸੀਨੀਅਰ ਸਿਆਸਤਦਾਨ ਨੇ ਤੇ ਉਹੀ ਸਾਰੇ ਮਾਮਲੇ ਠੀਕ ਕਰ ਸਕਦੇ ਨੇ ਇਹ ਯਾਨੀ ਕਿ ਫਾਕ ਚੌਧਰੀ ਨੇ ਇਹ ਦਾਣਾ ਡਾਲਿਆ ਔਰ ਉਹਨੇ ਕਿਹਾ ਕਿ ਨਵਾਜ਼ ਸ਼ਰੀਫ ਹੀ ਹੈ ਐਸਾ ਜਿਹੜਾ ਸਾਨੂੰ ਮਾਫੀ ਦੇ ਸਕਦਾ ਯਾਨੀ ਕਿ ਤਰੀਕੇ ਇਨਸਾਫ ਨਾਲ ਤੇ ਨਵਾਜ਼ ਸ਼ਰੀਫ ਨੂੰ ਸਿਆਸਤ ਦਾ ਸੁਲਤਾਨ ਵੀ ਕਿਹਾ ਹੁਣ ਜਦ ਆ ਇਹ ਖਬਰ ਆਂਦੀ ਹੈ ਕਿ ਰਾਪਤੇ ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਮੁਲਾਕਾਤ ਆਸਤੇ ਖਬਰ ਇਹ ਵੀ ਆ ਰਹੀ ਹੈ ਕਿ ਰਾਣਾ ਸਨਾਉਲਾ ਸਾਹਿਬ ਨਾਲ ਰਾਬਤਾ ਕੀਤਾ ਗਿਆ ਇਹ ਜਿਹੜੇ ਲੋਗ ਨੇ ਕਿ ਜੀ ਸਾਨੂੰ ਕਿਸੇ ਤਰੀਕੇ ਮੀਆਂ ਸਾਹਿਬ ਨਾਲ ਮਲਾ ਦੇਓ ਜਾਂ ਕੋ ਸਾਡੀ ਚਿੱਠੀ ਮੀਆਂ ਸਾਹਿਬ ਤੱਕ ਤੁਸੀਂ ਪਹੁੰਚਾ ਦਿਓ। ਅਲੀਮਾ ਜਿਹੜੀ ਉਹ ਖੁਸ਼ੀ ਦੇ ਬਹਾਨੇ ਉਹਦਾ ਕੋਈ ਹਾਲ ਨਹੀਂ ਰਹਿ ਚੁਕਿਆ। ਫੁੱਲ ਡਾਂਸ ਵੀ ਕਰਦੀ ਇੱਕ ਲੱਤ। ਔਰ ਉਹ ਨਵਾਂ ਸੂਟ ਵੀ ਅਲੀਮਾ ਨੇ ਸਵਾਲਿਆ। ਉਹਨੂੰ ਇਸ ਇਹ ਗੱਲ ਨਜ਼ਰ ਆ ਰਹੀ ਇੱਕ ਮੀਆਂ ਵਾਸ਼ਿਫਤ ਨਾਲ ਜਦੋਂ ਮੁਲਾਕਾਤ ਹੋਣੀ ਤੇ ਉਹਨੇ ਨਾਲ ਜਾਣਾ। ਨਵਾਂ ਸੂਟ ਵੀ ਸਵਾਲਿਆ ਸੂ। ਤੇ ਖੜਕਣਾ ਵੀ ਮਰਵਾ ਲਿਆ ਸੋ ਜਿਹੜੇ ਪਿੰਨਾ ਥਾਵਾਂ ਤੇ ਉਹ ਘੋੜਿਆਂ ਨੂੰ ਸਵੇਰੇ ਸਵੇਰੇ ਖੜਕਣਾ ਨਹੀਂ ਮਾਰੀਦਾ ਤੇ ਉੱਤੋਂ ਮਿੱਟੀ ਲਾਈ ਦੀ ਏ ਝਾੜ ਪੌਂਚ ਕਰੀ ਦੀ ਘੋੜੇ ਦੀ ਤਾਂ ਆਪਣਾ ਸਾ ਆਪਣਾ ਮਾਰ ਕੇ ਉਹ ਖੜਕਣਾ ਵੀ ਇਹ ਮਰਵਾੰਦੀ ਏ ਵੀ ਮਾਈ ਔਰ ਨਵਾਂ ਸੂਟ ਜਿਹੜਾ ਉਹ ਵੀ ਤੇ ਮੇਕਅਪ ਵੀ ਨਵਾਂ ਜਿਹੜਾ ਉਸ ਮੰਗਾ ਲਿਆ ਤੇ ਮੁਲਾਕਾਤ ਵਾਲੇ ਦਿਨ ਇਹ ਜਿਹੜਾ ਇਹ ਨਿਊ ਜਰਸੀ ਦਾ ਘੋਤਾ ਇਸ ਬਿਊਟੀ ਪਾਰਲਰ ਵੀ ਜਾਣ ਦਾ ਇੰਤਜ਼ਾਮ ਕਰ ਲਿਆ ਬਦੋ 6 8 ਕਰਨ ਤੇ ਬਿਊਟੀ ਪਾਰਲਰ ਤੇ ਵੀ ਗੁਜ਼ਾਰਨੇ ਨੇ ਉਸ ਤੋਂ ਬਾਅਦ ਜਾ ਕੇ ਤਹਿਰੀਕ ਇਨਸਾਫ ਦਾ ਜਿਹੜਾ ਹਕੀਕੀ ਅੱਬੂ ਹੈ ਨਾ ਨਵਾਜ਼ ਸ਼ਹੀਦ ਉਹਦੇ ਨਾਲ ਇਹਨਾਂ ਨੇ ਮੁਲਾਕਾਤ ਕਰਨੀ ਹੈ। ਔਰ ਬਹੁਤ ਜਲਦ ਇਹ ਦੱਸਿਆ ਜਾ ਰਿਹਾ ਸਾਨੂੰ ਕਿ ਇੱਕ ਖਤ ਲਿਖਿਆ ਜਾਏਗਾ ਮੀਆਂ ਨਵਾਜ਼ ਸ਼ਹੀਦ ਸਾਹਿਬ ਨੂੰ ਇਹਨਾਂ ਦੀ ਤਰਫੋਂ ਕਿ ਤੁਸੀਂ ਸਾਡੇ ਬਾਪ ਤੁਸੀਂ ਇਸ ਮੁਲਕ ਦੇ ਸੀਨੀਅਰ ਸਿਆਸਤਦਾਨ ਤੁਸੀਂ ਤਜਰਬਾਕਾਰ ਤੁਸੀਂ ਇਸ ਇਹਨੂੰ ਸਾਨੂੰ ਬਹਰਾਨ ਦੇ ਵਿੱਚੋਂ ਕੱਢ ਸਕਦੇ ਹੋ ਤੇ ਸਾਡੀ ਮਦਦ ਕੀਤੀ ਜਾਏ ਔਰ ਉਹਦੇ ਵਿੱਚ ਇਹ ਅਪੀਲ ਕੀਤੀ ਜਾਏਗੀ ਕਿ ਸਾਡੇ ਨਾਲ ਮੁਲਾਕਾਤ ਕੀਤੀ ਜਾਏ ਔਰ ਅਸੀਂ ਜੋ ਗਲਤੀਆਂ ਕੁੱਤਾਈਆਂ ਅਸੀਂ ਕੀਤੀਆਂ ਨੇ ਪਿਛਲੇ 10 12 ਸਾਲ ਤੁਹਾਡੇ ਖਿਲਾਫ ਅਦੀ ਅਸੀਂ ਉਹਦੀ ਮਾਫੀ ਟੀਵੀ ਤੇ ਆ ਕੇ ਮੰਗਣਾ ਚਾਹੁੰਦੇ ਹਾਂ ਤੁਹਾਡੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿ ਇਸ ਹੱਦ ਤੱਕ ਜਿਹੜੀ ਗੱਲ ਹੈ ਇਹ ਵੱਚੂਕੀ ਇਹਦੇ ਵਿੱਚ ਉਹਨੇ ਹੋਵੇ ਕਿ ਆਰਫ ਅਲਵੀ ਅਲੀਮਾ ਖਾਨ ਫਵਾਦ ਚੌਧਰੀ ਬਰਿਸਟਰ ਗੋਹਰ ਇਹ ਲੋਕ ਜਿਹੜੇ ਨੇ ਇਤਲਾਹ ਦੇ ਮੁਤਾਬਕ ਰਾਣਾ ਸਨਾਉਲਾ ਦੇ ਪੈਰ ਫੜਨਗੇ ਅਗਲੇ 2-4 ਦਿਨਾਂ ਦੇ ਵਿੱਚ ਔਰ ਉਸ ਤੋਂ ਬਾਅਦ ਮਾਮਲਾਤ ਜਿਹੜੇ ਨੇ ਉਹ ਅੱਗੇ ਚੱਲਣ ਦੇ ਔਰ ਨਵਾਜ਼ ਸ਼ਰੀਫ ਦੇ ਕਰਮਾਂ ਦੇ ਦੇ ਵਿੱਚ ਜਾ ਕੇ ਇੱਕ ਝੁਕਣਗੇ ਸਜਦੇ ਕਰਨ ਦੇ ਮਾਫੀਆਂ ਮੰਗਣ ਦੇ ਔਰ ਆਪਣੇ ਆਸਤੇ ਕੋਈ ਗੁੰਜਾਇਸ਼ ਕਢਾਲਣ ਦੀ ਕੋਸ਼ਿਸ਼ ਕਰਨ ਦੇ ਇਹ ਹੁਣ ਮੀਆਂ ਸਾਹਿਬ ਤੇ ਮੁਨਹਸਰ ਹੈ ਕਿ ਮੀਆਂ ਸਾਹਿਬ ਇਸ ਟੋਲੇ ਨੂੰ ਮਾਫ ਕਰਦੇ ਨੇ ਜਾਂ ਨਹੀਂ ਕਰਦੇ ਇਹ ਤੇ ਪਤਾ ਚਲੇਗਾ ਅਗਲੇ ਚੰਨ ਦਿਨਾਂ ਦੇ ਵਿੱਚ ਇਥੋਂ ਤੱਕ ਗੱਲ ਪਹੁੰਚ ਗਈ ਹੈ ਕਿ حقیقی ਅੱਬੂ ਜਿਹੜਾ ਹੈ ਉਹ ਉਹਨਾਂ ਨੂੰ ਹੁਣ ਮਿਲ ਗਿਆ। ਤਲਾਸ਼ ਉਹਨਾਂ ਦੀ ਖਤਮ ਹੋ ਗਈ ਹੈ। ਅੱਬੂ ਦੀ ਨਿਸ਼ਾਨਦੇਹੀ ਉਹਨਾਂ ਕਰ ਲਈ ਹੈ। ਬਸ ਹੁਣ ਅੱਬੂ ਤੱਕ ਪਹੁੰਚਣ ਵਾਸਤੇ ਉਹ ਸਾਰੀਆਂ ਸੀੜੀਆਂ ਇਸਤੇਮਾਲ ਕਰਨਾ ਉਹਨਾਂ ਸ਼ੁਰੂ ਕਰ ਦਿੱਤੀਆਂ ਨੇ। ਅੱਗੇ ਜਨਾਬ ਤੁਸੀਂ ਆਜੋ। ਆਜ਼ਾਦ ਕਸ਼ਮੀਰ ਦੇ ਵਿੱਚ ਯੁੱਧੀਆਂ ਦੀ ਬਗਾਵਤ ਤੇ ਪੁਲਿਸ ਤੇ ਹਮਲੇ। ਆਜ਼ਾਦ ਕਸ਼ਮੀਰ ਦੇ ਵਿੱਚ ਮੌਰੀ 420 ਦੇ ਜਿਹੜੇ ਭਾਰਤੀ ਯੁੱਧੀਆਂ ਨੇ ਉਹ ਮਥਰਕ ਹੋ ਚੁੱਕੇ। ਔਰ ਇੱਕ ਬਗਾਵਤ ਦਾ ਸਮਾਨ ਉੱਥੇ ਪੈਦਾ ਕੀਤਾ ਹੈ ਪਿਛਲੇ ਦਿਹਾੜੀ ਦੋਂ ਤੋਂ ਔਰ ਪੁਲਿਸ ਤੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਔਰ ਇਹਨਾਂ ਦੀ ਪੁਸ਼ਤ ਪਨਾਈ ਜਿਹੜੀ ਹੈ ਉਹ ਭਾਰਤ ਔਰ ਅਫਗਾਨਿਸਤਾਨ ਤੋਂ ਹੋ ਰਹੀ ਹੈ ਔਰ ਉੱਥੋਂ ਹੀ ਕਈ ਜੰਗਜੂ ਜਿਹੜੇ ਨੇ ਉੱਥੇ ਤਕੇਲ ਦਿੱਤੇ ਗਏ ਨੇ ਜਿਹੜੇ ਉਸ ਜ਼ਮਾਨ ਪਾਰਕ ਦੇ ਵਿੱਚ ਮੌਜੂਦ ਸੀ। ਰਿਆਸਤ ਦੇ ਖਿਲਾਫ ਜੰਗ ਉੱਥੇ ਛਿੜੀ ਔਰ ਤਿੰਨ ਚਾਰ ਪੁਲਿਸ ਅਫਸਰਾਂ ਜਿਹੜੇ ਨੇ ਪੁਲਿਸ ਅਹਿਲਕਾਰ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ ਉਹੀ ਅੱਗੇ ਜਿਹੜੀ ਪਖਤੂਨ ਹਾਤੋ ਸ਼ੁਰੂ ਕੀਤੀ ਲਾਹੌਰ ਤੱਕ ਲੈ ਕੇ ਆਇਆ ਪੰਜਾਬ ਤੱਕ ਲੈ ਕੇ ਆਇਆ ਔਰ ਉਸ ਤੋਂ ਬਾਅਦ 9 ਮਈ ਫੌਜ ਤੇ ਔਰ ਪਾਕਿਸਤਾਨ ਤੇ ਹਮਲੇ ਕੀਤੇ ਔਰ ਇਸ ਵਕਤ ਇਹ ਮੋਰੀ 420 ਦਾ ਜਿਹੜਾ ਟਾਰਗੇਟ ਆ ਉਹ ਆਜ਼ਾਦ ਕਸ਼ਮੀਰ ਔਰ ਆਜ਼ਾਦ ਕਸ਼ਮੀਰ ਦੇ ਵਿੱਚ ਇਹ ਬਗਾਵਤ ਦਾ ਇੱਕ ਸਮਾਂ جاری ਹੈ ਔਰ ਉੱਥੇ ਪੁਲਿਸ ਤੇ ਹਮਲੇ ਕੀਤੇ ਜਾ ਰਹੇ ਨੇ ਇਹ ਜਿਹੜੇ ਭਾਰਤੀ ਯੁੱਧੀਆਂ ਨੇ ਆਜ਼ਾਦ ਕਸ਼ਮੀਰ ਦੇ ਮੋਰੇ ਜਿਹੜੇ ਨੇ ਮੋਰੀ 420 ਦੇ ਮੋਰੇ ਔਰ ਕਾਫੀ ਹਾਲਾਤ ਖਰਾਬ ਨੇ ਔਰ ਮੈਂ ਸਮਝੀਨਾ ਕਿ ਇਹ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਦੀ ਅੱਗ ਨਹੀਂ ਲੱਗਣੀ ਚਾਹੀਦੀ ਔਰ ਵਫਾਕੀ ਹਕੂਮਤ ਨੂੰ ਚਾਹੀਦਾ ਹੈ ਕਿ ਉਹ ਆਜ਼ਾਦ ਕਸ਼ਮੀਰ ਹਕੂਮਤ ਦੀ ਮਦਦ ਆਸਤੇ ਉਥੇ ਕੁਚਾਰਦਸਤੇ ਕਰਨ ਔਰ ਕੱਲ ਕੇ ਤੇ ਇਹ ਜਿਹੜੇ ਭਾਰਤੀ ਯੂਥੀਏ ਜਿਨ੍ਹਾਂ ਨੇ ਉਥੇ ਇਹ ਹੰਗਾਮਾ ਬਰਪਾ ਕੀਤਾ ਹੈ ਪੁਲਿਸ ਤੇ ਹਮਲੇ ਕਰ ਰਹੇ ਨੇ ਉਹਨਾਂ ਦਾ ਕਲਾਕਮਾ ਕੀਤਾ ਜਾਏ ਔਰ ਜੜ ਤੋਂ ਉਖਾੜ ਕੇ ਫੈਂਕ ਦਿੱਤਾ ਜਾਏ ਇਹ ਬਿਲਕੁਲ ਵੀ ਕਿਸੇ ਸੂਰਤ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿ ਆਜ਼ਾਦ ਕਸ਼ਮੀਰ ਦੇ ਵਿੱਚ ਭਾਰਤੀ ਯੂਥੀਏ ਇਹ ਰਿਆਸਤ ਦੇ ਖਿਲਾਫ ਉਹਨਾਂ ਨੇ ਇੱਕ ਬਗਾਵਤ ਦਾ ਸਮਾਨ ਪਾਇਦਾ ਕੀਤਾ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤੇ وفاقی حکومت ਅੱਗੇ ਸਾਡਾ ਇਹ ਇਹ ਇਲਤਜਾ ਹੈ ਕਿ ਜਲਦ از جلد چار جی ਉੱਤੇ ਕਲਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਏ ਇਹ ਜਿਹੜੇ ਭਾਰਤੀ ਯੂਥੀਏ ਨੇ ਆਜ਼ਾਦ ਕਸ਼ਮੀਰ ਦੇ ਵਿੱਚ ਔਰ ਇਹਨਾਂ ਨੂੰ قرار واقعی سزا ਦਿੱਤੀ ਜਾਏ ਅੱਗੇ جناب ਤੁਸੀਂ ਆਜੋ ਵੱਡੀ ਖਬਰ ਹੈ ਪਾਕਿਸਤਾਨ ਦਾ ਦੂਸਰਾ ਮਿਸ਼ਨ ਜਿਹੜਾ ਹੈ ਉਹ ਚੰਨ ਤੇ ਪਹੁੰਚਣ ਦਾ ਫੈਸਲਾ ਪਾਕਿਸਤਾਨ ਦਾ ਦੂਸਰਾ ਖਲਾਇ ਮਿਸ਼ਨ ਚੰਨ ਤੇ ਕੱਲ ਦਾ ਫੈਸਲਾ ਹੋ ਗਿਆ ਐਲਾਨ ਕਰ ਦਿੱਤਾ ਗਿਆ ਕਿਉਂਕਿ ਪਹਿਲਾ ਮਿਸ਼ਨ ਜਿਹੜਾ ਹੈ IQ ਕਮਰ ਉਹ ਚੰਨ ਦੇ ਉੱਤੇ ਕਾਮਯਾਬੀ ਦੇ ਨਾਲ ਪਹੁੰਚ ਗਿਆ ਔਰ ਝੰਡੇ ਪਾਕਿਸਤਾਨ ਦੇ ਉੱਤੇ ਗਾੜ ਦਿੱਤੇ ਨੇ ਜਿਹਦੀਆਂ ਕਿ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੁਣ ਇਹ ਦੂਸਰਾ ਮਿਸ਼ਨ ਜਿਹੜਾ ਇਹ ਭੇਜਣ ਦਾ ਐਲਾਨ ਕਰ ਦਿੱਤਾ ਗਿਆ اور سامان ਵੀ ਪੂਰਾ ਬਣ ਲਿਆ ਗਿਆ ਇਸ ਮਿਸ਼ਨ ਦਾ ਨਾਮ ਹੋਏਗਾ MM1 اور ਇਹ ਮਿਸ਼ਨ ਜਿਹੜਾ ਹੈ 3 ਮਈ ਨੂੰ ਖਲਾਅ ਦੇ ਵਿੱਚ ਛੱਡਿਆ ਜਾਏਗਾ اور ਇਹ ਵੀ ਚੰਨ ਤੇ ਪਹੁੰਚੇਗਾ اور ਇਹਦੇ ਬਾਰੇ ਇਹ ਖਿਆਲات ਕੀਤਾ ਜਾ ਰਿਹਾ ਹੈ ਕਿ ਇਸ ਮਿਸ਼ਨ ਦੇ ਵਿੱਚ ਇਸ ਮਿਸ਼ਨ ਦੇ ذریعے ਪਾਕਿਸਤਾਨ ਦੇ ਵਿੱਚ ਇੰਟਰਨੈਟ اور ਮواصلاتی ਨਿਜ਼ਾਮ ਜਿਹੜਾ ਹੈ ਉਹਦੇ ਆਸਤੇ ਬਹੁਤ ਸਾਰੀਆਂ ਚੀਜ਼ਾਂ ਮਿਲਣਗੀਆਂ ਔਰ ਉਹਨੂੰ ਬਿਹਤਰ ਕੀਤਾ ਜਾਏਗਾ ਇੱਕ ਤਜਰਬਾਤੀ ਇਹ ਹੋਏਗਾ ਸਾਫਤਾਬ اور ਬਹੁਤ ਸਾਰਾ ਨੌਲੇਜ ਪਾਕਿਸਤਾਨ ਵਾਸਤੇ ਲੈ ਕੇ ਇਹ ਆਏਗਾ ਔਰ ਉਹਦੇ ਤੇ ਫਿਰ ਤਜਰਬਾਤ ਹੋਣਗੇ ਔਰ ਪਾਕਿਸਤਾਨ ਦੇ ਵਿੱਚ ਜਿਹੜਾ ਮਵਾਸਲਤੀ ਸਿਸਟਮ ਹੈ ਇੰਟਰਨੈਟ ਦਾ ਇਹ ਸਾਰਾ ਖਾਤਾ ਇਹਦੇ ਚ ਬਿਹਤਰੀ ਆਏਗੀ ਇਹ 3 ਮਈ ਨੂੰ ਇਹ ਦੂਸਰਾ ਮਿਸ਼ਨ ਜਿਹੜਾ ਇਹ ਪਾਕਿਸਤਾਨ ਦਾ ਉੱਤੇ ਖਲਾ ਦੇ ਵਿੱਚ ਜਾ ਰਿਹਾ ਤੇ ਸਾਡੀ ਦੁਆ ਹੈ ਕਿ ਇਹ ਇਹ ਵੀ ਉਸੇ ਕਾਮਯਾਬੀ ਦੇ ਨਾਲ ਹੀ ਪਹੁੰਚੇ ਜਿਸ ਕਾਮਯਾਬੀ ਦੇ ਨਾਲ ਸਾਡਾ ਪਹਿਲਾ ਮਿਸ਼ਨ ਚੰਨ ਦੇ ਉੱਤੇ ਪਹੁੰਚਿਆ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਬਹੁਤ ਵੱਡੀ ਇੱਕ ਕਾਮਯਾਬੀ ਹੈ ਅਗੇ ਜਨਾਬ ਤੁਸੀਂ ਅੱਜ ਕੌਣ ਬਚਾਏਗਾ ਤਹਿਰੀਕ ਇਨਸਾਫ ਗੱਲ ਹੁਣ ਵੱਧ ਗਈ ਹੈ ਮੁਖਤਾਰਿਆ ਹੁਣ ਜਿਸ ਤਰ੍ਹਾਂ ਉਹ ਕਹਿੰਦੇ ਨੇ ਕਿ ਜਾਨ ਦੇ ਲਾਲੇ ਪੈ ਗਏ ਹਨ ਤੇ ਵਿजूद ਦਾ ਖਤਰਾ ਵਿजूद ਬਚਾਣ ਦੀ ਕੋਸ਼ਿਸ਼ ਹੈ ਕਿਉਂਕਿ ਖਤਰات ਹਲਾਕ ਲਾਹਕ ਨੇ ਔਰ ਪਾਰਟੀ ਖਤਮ ਹੁੰਦੀ ਨਜ਼ਰ ਆ ਰਹੀ ਹੈ ਇਹ ਚਾਰ ਬੰਦੇ ਨੇ ਜਿਹੜੇ ਦਾਵਾ ਕਰ ਲੈ ਕਰ ਰਹੇ ਨੇ ਕਿ ਅਸੀਂ ਇਹ ਤਹਿਰੀਕ ਇਨਸਾਫ ਨੂੰ ਬਚਾਣਾ ਇਹਦੇ ਵਿੱਚ ਨਵੀਂ ਐਂਟਰੀ ਆਰਫ ﺍﻟवी ਸ਼ੇਰ ਅਫzal ਮਰਵਤ ਗੋਹਰ ਖਾਨ اور ਅਲੀ ਯਮीन ਗੰਡਾਪੋਰ ਇਹ ਚਾਰ ਚਿਹਰੇ ਨੇ ਜਿਹੜੇ ਆਪਣੀ ਆਪਣੀ ਥਾਂ ਤੇ ਇਹ ਇੱਕ ਦੂਜੇ ਦੀ ਲੜਤ ਖਿੱਚ ਰਹੇ ਨੇ ਕਿ ਕੌਣ ਬਚਾਏਗਾ ਤਹਿਰੀਕ ਇਨਸਾਫ ਔਰ ਮੈਂ ਸਮਝਦਾ ਹਾਂ ਕਿ ਇਹ ਚਵਾਂ ਦੇ ਵਿੱਚੋਂ ਕੋਈ ਵੀ ਐਸਾ ਮਾਨ ਨਹੀਂ ਜੰਮਿਆ ਜਿਹੜਾ ਤਹਿਰੀਕ ਇਨਸਾਫ ਨੂੰ ਬਚਾ ਸਕੇ ਕਿਉਂਕਿ ਤਰੀਕ ਇਨਸਾਫ ਇੱਕ ਮੁਲਕ ਦੁਸ਼ਮਣ ਜਮਾਤ ਸਾਬਤ ਹੋ ਚੁੱਕੀ ਹੈ ਔਰ ਉਹ ਦੁਬਾਰਾ ਕਦੀ ਵੀ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਸਾਨੂੰ ਫਿਲਹਾਲ ਤੱਕ ਇਹ ਨਜ਼ਰ ਨਹੀਂ ਆndi ਕੋਈ ਚਮਤਕਾਰ ਹੋ ਜਾਏ ਤੇ ਹੋ ਜਾਏ لیکن আইন اور قانون ਦੇ ਮਤਾਬਕ ਉਹ ਦੁਬਾਰਾ ਸਿਆਸਤ ਦੇ ਵਿੱਚ ਆਂਦੀ ਸਾਨੂੰ ਨਜ਼ਰ ਨਹੀਂ ਆਂਦੀ ਇਹ ਹੁਣ ﺍﻟवी ਜਿਹੜਾ ਇਹਨੇ ਮਰਵਤ ਦੇ ਉੱਤੇ ਚੜਾਈ ਕੀਤੀ ਔਰ ਮਰਵਤ ਨੇ ﺍﻟवी ਦੇ ਉੱਤੇ ਚੜਾਈ ਕੀਤੀ ਹੈ ﺍﻟवी ਕਿਉਂਕਿ ਅੱਗੋਂ ਨਵਾਂ ਚੇਅਰਮੈਨ ਆਣ ਦੀ ਕੋਸ਼ਿਸ਼ ਕਰ ਰਿਹਾ ਔਰ ਮਰਵਤ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ جنگ ਹੈ ਔਰ ਇਹਨਾਂ ਦੇ ਵਿੱਚੋਂ ਕੌਣ ਜੰਗ ਜਿੱਤਦਾ ਔਰ ਕੌਣ ਤਰੀਕੇ ਇਨਸਾਫ ਬਚਾਂਦਾ ਇਹਦਾ ਫੈਸਲਾ ਤੁਸੀਂ ਆਪ ਕਰ ਲੈਣਾ ਹੁਣ ਗੋਹਰ ਖਾਨ ਜਿਹੜਾ ਉਹ ﺍﻟवी ਦੇ ਖਿਲਾਫ ਕਿਉਂਕਿ ਅਲਵੀ ਦੇ ਆਣ ਨਾਲ ਗੋਹਰ ਖਾਨ ਦੀ ਛੁੱਟੀ ਹੋ ਜਾਏਗੀ ਤੇ ਗੋਹਰ ਜਿਹੜਾ ਉਹ ਅਲਵੀ ਦੇ ਖਿਲਾਫ ਹੈ ਉਹ ਗੋਹਰ ਕਹਿੰਦਾ ਕਿ ਮੈਂ ਤਰੀਕੇ ਇਨਸਾਫ ਬਚਾਣੀ ਪਰ ਲਓ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਨਾ ਭਾਈ ਇੰਜ ਹੀ ਸਮਝੋ ਜਿਵੇਂ ਕੋਈ ਬੀਬੀ ਬਾਲਾਂ ਦੇ ਹੱਥੇ ਚੜ ਗਈ ਤੇ ਜਿਹੜੀ ਬੀਬੀ ਬਾਲਾਂ ਦੇ ਹੱਥੇ ਚੜ ਜਾਏ ਤੇ ਬਾਲ ਉਹਦਾ ਕੀ ਕਰਦੇ ਨੇ ਲੰਗਾਰੇ ਨਹੀਂ ਲਾ ਛੱਡਦੇ ਇਹ ਲੰਗਾਰੇ ਲਾਉਂਦੇ ਨੇ ਆਪਣੀ ਪਾਰਟੀ ਮੋਰੀਚਾਰ ਸਵੀ ਦੀ ਪਾਰਟੀ ਦੇ ਹੂੰ ਇਹ ਉਹਦੀ 28 ਸਾਲਾਂ ਜਦੋਂ ਜਿਆਦ ਜਿਹੜੀ ਆ ਉਹਦਾ ਇਹ ਇੱਕ ਕਵਾੜਾ ਕਰਦੇ ਨੇ ਪਾ ਠੀਕ ਹੋ ਗਿਆ ਅੱਗੋਂ ਜਨਾਬ ਤੁਸੀਂ ਆਜੋ ਅਲੀ আমিন ਗੰਡਾਪੁਰ ਇਹ ਗੋਹਰ ਦੇ ਖਿਲਾਫ ਹੈ ਤੇ ਨਾਲ ਮਰਵਤ ਦੇ ਖਿਲਾਫ ਹੈ ਔਰ ਮਰਵਤ ਤੇ ਗੋਹਰ ਇਹਦੇ ਖਿਲਾਫ ਨੇ ਕਿਉਂਕਿ ਇਹ 9 ਮਈ ਚ ਮਲਬਸ ਹੈ ਗੋਹਰ ਵੀ ਨਹੀਂ ਮਲਬਸ ਤੇ ਮਰਵਤ ਵੀ ਨਹੀਂ ਮਲਬਸ ਉਹ ਕਹਿੰਦੇ ਨੇ ਕਿ 9 ਮਈ ਵਾਲੇ ਫੌਜੀ ਇਹਨੂੰ ਫੜਨ ਇਹ ਮਾਸਟਰਮਾਈਂਡ ਹੈ ਇਹ ਕਹਿੰਦਾ ਕਿ ਇਹ ਮਰਵਤ ਔਰ ਗੋਹਰ ਨੂੰ ਪਾਰਟੀ ਚ ਕੱਢੋ ਤੇ ਇਹ ਵੀ ਕਲੇਮ ਕਰਦਾ ਕਿ ਇਹਨੇ ਤਰੀਕੇ ਇਨਸਾਫ ਬਚਾਣੀ ਇਹ ਜਿਹੜਾ ਅਲੀ ਅਮੀਨ ਗੰਡਾਪੁਰ ਤੇ ਇਹਨੇ ਅਗਲੇ ਚੰਦ ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਮੁਤਾਬਕ ਗ੍ਰਿਫਤਾਰ ਹੋ ਜਾਣਾ 9 ਮਈ ਤੇ ਇਹ ਚਾਰ ਨਾਮ ਨੇ ਚਾਰ ਹੀਰੇ ਨੇ ਜਿਹੜੇ ਆਪਸ ਦੇ ਵਿੱਚ ਲੜ ਲੜ ਕੇ ਮਰਦੇ ਨੇ ਪੈ ਤੇ ਕਹਿੰਦੇ ਨੇ ਕਿ ਅਸਾਂ ਤਰੀਕੇ ਇਨਸਾਫ ਬਚਾਣੀ ਇਹ ਤੁਸੀਂ ਦੱਸਣਾ ਮੈਨੂੰ ਕਿ ਨਾ ਚਾਹਾਂ ਵਿੱਚੋਂ ਤਰੀਕੇ ਇਨਸਾਫ ਕਿੰਨੇ ਬਚਾਣੀ ਬਹੁਤ ਸ਼ੁਕਰੀਆ